ਚਾਹ ਛੱਡੀ ਜਾਂਦੀ ਹੈ ਚਾਹ ਛੱਡਣ ਨਾਲ ਵੀ ਕੁਝ ਬਿਮਾਰੀਆਂ ਠੀਕ ਹੁੰਦੀਆਂ ਨੇ। ਪਰ ਕੈਪਸੂਲੇ ਦਾ ਕੋਈ ਹੱਲ ਨਹੀਂ ਹੈ ਉਹ ਪੇਟ ਚਾ ਅਫਾਰਾ ਜਿਹਾ ਬਣ ਜਾਂਦਾ। ਟਾਈਟ ਜਿਹਾ ਹੋ ਜਾਂਦਾ ਖਾਣਾ ਹਜਮ ਨਹੀਂ ਹੁੰਦਾ ਭੁੱਖ ਨਹੀਂ ਲੱਗਦੀ। ਬਿਮਾਰੀਆਂ ਤੋਂ ਬਚਣ ਲਈ ਨਾ ਕਦੇ ਨਾ ਕਦੇ ਪੇਟ ਸਾਫ਼ ਕਰ ਲੈਣਾ ਬਹੁਤ ਜ਼ਰੂਰੀ ਆ। ਖਾਣਾ ਜਿਹੜਾ ਉਦੋਂ ਖਾਓ ਜਦੋਂ ਭੁੱਖ ਲੱਗੀ ਹੋਈ ਆ। ਕਈ ਵਾਰ ਅਸੀਂ 2 ਮਿੰਟ ਨਹੀਂ ਲਾਉਂਦੇ ਅਸੀਂ 4-5 ਰੋਟੀਆਂ ਖਾ ਕੇ ਭਰੇ ਹੋ ਜਾਂਦੇ ਆ ਇਹ ਧਿਆਨ ਰੱਖੋ ਵੀ ਅਸੀਂ ਫੇਲ ਹੋਣੀਆਂ ਦਵਾਈਆਂ ਨਾ ਖਾਈਏ ਹੌਲੀ-ਹੌਲੀ ਇੱਕ ਆਦਤ ਬਣਾ ਲਿਓ ਜੇ ਅਸੀਂ ਜੇ ਬਣ ਗਈ ਤਾਂ ਸਮਝ ਲਓ ਫਿਰ ਜ਼ਿੰਦਗੀ ਬਚ ਗਈ ਤੁਹਾਡੀ ਤੁਸੀਂ ਦੇਖ ਰਹੇ ਹੋ ਸੰਜੀ ਆਵਾਜ਼ ਅੱਜ ਦੇ ਇਸ ਦੌੜ ਭਰੇ ਯੁੱਗ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਜ਼ਿਆਦਾਤਰ ਬਿਮਾਰੀਆਂ ਦੀ ਗੱਲ ਕਰੀਏ ਉਹਦੇ ਵਿੱਚ ਇੱਕ ਤਜਾਬ ਜਿਹਨੂੰ ਆਪਾਂ ਐਸਿਡ ਕਹਿ ਦਿੰਦੇ ਆ ਤੇਜਾਬ ਦੀ ਜੋ ਸਮੱਸਿਆ ਹੈ ਉਹ ਜ਼ਿੰਦਗੀ ਦੇ ਵਿੱਚ ਆਮ ਇੱਕ ਹਰ ਇੱਕ ਦੀ ਬਣਦੀ ਜਾ ਰਹੀ ਹੈ ਹਰ ਇੱਕ ਦੇ ਤੇਜਾਬ ਬਣਦਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਨੇ ਜੋ ਅੱਜ ਕੱਲ ਦੌੜ ਭੱਜ ਦੀ ਜ਼ਿੰਦਗੀ ਹੈ ਤੇ ਖਾਣ ਪੀਣ ਵੀ ਕੁਝ ਆਪਣੇ ਅਜਿਹੇ ਹੋਏ ਪਏ ਨੇ ਜਿਨ੍ਹਾਂ ਦੇ ਨਾਲ ਕੀ ਇਹ ਐਸਿਡ ਬਣਨਾ तकरीबन 18 ਸਾਲ ਦੀ ਉਮਰ ਤੋਂ ਸਟਾਰਟ ਹੋ ਜਾਂਦਾ ਹੈ ਤੇ ਉਸ ਤੋਂ ਉੱਪਰ ਦੀ ਏਜ ਦਿੱਤਾ ਇਹ ਬਣਦਾ ਹੀ ਰਹਿੰਦਾ ਹੈ ਇਹ ਅੱਜ ਕੱਲ ਦੀ ਇੱਕ ਆਮ ਦੇਖੀ ਜਾਣ ਵਾਲੀ ਬਿਮਾਰੀ ਹੈ ਤੇ ਬਹੁਤ ਸਾਰੇ ਲੋਕ ਨੇ ਜੋ ਐਲੋਪੈਥੀ ਦਵਾਈਆਂ ਲੈਂਦੇ ਹਨ ਕੈਪਸੂਲ ਲੈਂਦੇ ਹਨ ਜਾਂ ਗੋਲੀਆਂ ਲੈਂਦੇ ਹਨ ਪਰ ਉਹਨਾਂ ਨਾਲ ਵੀ ਅਸਰ ਉਹਦਾ ਕੁਝ ਕੀ ਘੰਟੇ ਰਹਿੰਦਾ ਹੈ ਤੇ ਉਹਨਾਂ ਨੂੰ ਦੁਬਾਰਾ ਰਿਪੀਟ ਉਹ ਚੀਜ਼ ਲੈਣੀ ਪੈਂਦੀ ਹੈ ਕੈਪਸੂਲ ਜਾਂ ਗੋਲੀਆਂ ਵਗੈਰਾ ਖਾਣੀਆਂ ਪੈਂਦੀ ਹਨ ਤੇ ਅੱਜ ਇਸੇ ਉੱਤੇ ਗੱਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਜਗਤਾਰ ਸਿੱਖਾ ਜੀ ਜੋ ਕਿ ਆਯੁਰਵੇਦਾ ਦੇ ਡਾਕਟਰ ਨੇ ਆਯੁਰਵੈਦਿਕ ਡਾਕਟਰ ਨੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਇਹ ਤਜਾਬ ਕੀ ਕਾਰਨ ਇਸ ਇਸ ਦਾ ਬਣਦਾ ਤੇ ਕੀ ਘਰ ਤੋਂ ਹੀ ਕੋਈ ਜੜੀ ਬੂਟੀਆਂ ਨਾਲ ਜਾਂ ਕਿਵੇਂ ਇਹਨੂੰ ਠੀਕ ਕਰ ਸਕਦੇ ਆ ਘਰੇਲੂ ਨੁਕਤੇ ਨਾਲ ਕਿਵੇਂ ਇਹਨੂੰ ਠੀਕ ਕਰ ਸਕਦੇ ਆ ਤੇ ਡਾਕਟਰ ਜਗਤਾਰ ਸਿੱਖਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸ਼ੁਕਰੀਆ ਸੰਜੀ ਬਵਾਜ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਡਾਕਟਰ ਸਾਹਿਬ ਜਿਵੇਂ ਹੁਣ ਆਪਾਂ ਆਮ ਜ਼ਿੰਦਗੀ ਦੇ ਵਿੱਚ ਦੇਖਦੇ ਆਂ ਵੀ ਜੋ ਇੱਕ ਇਹ ਤਜਾਬ ਸਮੱਸਿਆ ਹੈ ਐਸਿਡ ਆਪਾਂ ਜਿਹਨੂੰ ਕਹਿ ਦਿੰਦੇ ਆਂ ਇਹ ਇੱਕ ਆਮ ਵੱਧਦੀ ਜਾ ਰਹੀ ਹੈ ਤਾਂ ਕੀ ਕਾਰਨ ਹੈ ਜੀ ਵਧਣ ਦਾ ਦੇਖੋ ਇਦੇ ਵਿੱਚ ਜਿਹੜੇ ਵੱਡੇ ਕਾਰਨ ਨੇ ਉਹ ਸਾਡਾ ਜਿਹੜਾ ਖਾਣ ਪੀਣ ਦਾ ਢੰਗ ਤਰੀਕੇ ਨੇ ਉਹਨਾਂ ਵਿੱਚ ਹੀ ਪਿਆ ਤੇ ਬੈਸੇ ਤਿਆਬ ਬਣਨਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਆ ਜੇ ਤਿਆਬ ਨਹੀਂ ਬਣੂਗਾ ਤਾਂ ਸਾਡਾ ਖਾਣਾ ਹজম ਨਹੀਂ ਹੋ ਸਕਦਾ ਪਰ ਜਿਹੜੀ ਸਮੱਸਿਆ ਵਾਲੀ ਗੱਲ ਆ ਜਦੋਂ ਮਤਲਬ ਜਲਣ ਹੋਣ ਲੱਗਦੀ ਆ ਖੱਟੇ ਢ ਘਾੜ ਆਉਣ ਲੱਗਦੇ ਆ ਉਹ ਇੱਕ ਮਤਲਬ ਉਹ ਲੋੜ ਤੋਂ ਜ਼ਿਆਦਾ ਤਿਆਬ ਰਿਲੀਜ਼ ਹੋ ਜਾਂਦਾ ਲੋੜ ਤੋਂ ਬਾਅਦ ਚਾਰਾ ਤਿਆਬ ਬਣਦਾ ਤੇ ਉਹਦੇ ਲਈ ਸਾਨੂੰ ਥੋੜਾ ਬਹੁਤਾ ਸਾਡੇ ਖਾਣ ਪੀਣ ਚੀਜ਼ ਸੁਧਾਰ ਕਰਨਾ ਪੈ ਚਾਹੀਦਾ ਤੇ ਫਿਰ ਇਹ ਠੀਕ ਵੀ ਹੋ ਸਕਦਾ ਤੇ ਬਣਨਾ ਤਾਂ ਜ਼ਰੂਰੀ ਆ ਪਰ ਜ਼ਿਆਦਾ ਬਣਨ ਨੂੰ ਜਿਹੜਾ ਹੈਗਾ ਉਹ ਸਮੱਸਿਆ ਹੈਗੀ ਆ ਤੇ ਡਾਕਟਰ ਸਾਹਿਬ ਇਹਦਾ ਆਪਾਂ ਕਾਰਨ ਕੀ ਮੰਨ ਸਕਦੇ ਆ ਵੀ ਹੁਣ ਦੇ ਇਸ ਸਮੇਂ ਦੇ ਵਿੱਚ ਜਿਆਦਾ ਦੌੜ ਭੱਜ ਵਾਲੇ ਇੱਕ 18 ਸਾਲ ਦੇ ਬੱਚੇ ਤੋਂ ਲੈ ਕੇ ਬਣਨਾ ਸਟਾਰਟ ਹੋ ਜਾਂਦਾ ਹੈ ਇਹਦਾ ਮੇਨ ਕਾਰਨ ਕੀ ਹੈ ਜੋ ਇਹ ਜ਼ਿਆਦਾ ਬਣਨ ਦਾ ਮੇਨ ਕਾਰਨ ਕੀ ਹੈ ਦੇਖੋ ਸਾਡਾ ਆਲਾ ਦਵਾਲਾ ਅਸਲ 'ਚ ਸਾਡਾ ਸਮਾਜਿਕ ਸਿਸਟਮ ਅਸੀਂ ਇਸ ਤਰ੍ਹਾਂ ਦਾ ਬਣਾ ਬੈਠੇ ਆ ਜਿਹਦੇ ਵਿੱਚ ਮਤਲਬ ਇੱਕ ਤਣਾਅ ਜਿਹੜਾ ਉਹ ਹਰ ਬੰਤੇ ਨੂੰ ਆ ਹਰ ਬੰਦਾ ਇੱਕ ਸਟ੍ਰੈਸ ਦੇ ਵਿੱਚੋਂ ਲੰਘ ਰਿਹਾ ਮਤਲਬ ਸਹਜ ਜ਼ਿੰਦਗੀ ਨਹੀਂ ਹੈਗੀ ਸਹਜਤਾ ਤੋਂ ਅਸੀਂ ਦੂਰ ਹੋ ਗਏ ਸਾਡਾ ਨਾ ਖਾਣ ਪੀਣ ਸਹਜ ਆ ਨਾ ਸਾਡਾ ਸੌਣ ਦੇ ਢੰਗ ਤਰੀਕੇ ਨਾ ਸਾਡਾ ਮਤਲਬ ਜਿਹੜਾ ਉਹ ਮਾਨਸਿਕ ਤੌਰ ਤੇ ਅਸੀਂ ਠੀਕ ਆ ਤੇ ਕਾਰਨ ਤਾਂ ਵੱਡਾ ਕਾਰਨ ਤਾਂ ਦੇਖੋ ਸਟ੍ਰੈਸ ਆ ਇਹਦਾ ਤੇ ਉਹਦੇ ਵਿੱਚ ਜਿਹੜੇ ਹੋਰ ਇੱਕ ਹੈਗਾ ਵੀ ਅਸੀਂ ਖਾਣੇ ਨੂੰ ਸਵਾਦ ਬਣਾਉਣ ਲਈ ਬਹੁਤ ਸਾਰਾਂ ਦੇ ਮਸਾਲੇ ਵਰਤਣ ਲੱਗੇ ਖਾਣੇ ਵਿੱਚ ਇਹ ਮਸਾਲੇ ਠੀਕ ਨਹੀਂ ਆਪਣੇ ਤੌਰ ਤੇ ਇਹ ਇਸ ਤੁਹਾਨੂੰ ਦੱਸਾਂ ਵੀ ਇਹਦੇ ਨਾਲ ਮਸਾਲੇ ਨਾਲ ਪਾਚਕ ਰਸ ਬਣਦੇ ਆ ਜਿਹੜਾ ਐਸਿਡ ਆ ਉਹ ਬਣਦਾ ਇਹਦੇ ਨਾਲ ਤੇ ਜੇ ਅਸੀਂ ਇਹ ਵੱਧ ਖਾਵਾਂਗੇ ਤਾਂ ਵੱਧ ਐਸਿਡ ਬਣੂਗਾ ਜੀ ਤੇ ਵੱਧ ਐਸਿਡ ਸਾਨੂੰ ਪ੍ਰੋਬਲਮ ਦੇਊਗਾ ਇਹ ਸਾਨੂੰ ਮਿੱਠੇ ਮਸਾਲਿਆਂ ਚ ਬੈਲੈਂਸ ਕਰਨਾ ਚਾਹੀਦਾ ਜੀ ਤੇ ਇਹ ਥੋੜੇ ਘੱਟ ਖਾਣੇ ਚਾਹੀਦੇ ਖੱਟੀਆਂ ਚੀਜ਼ਾਂ ਤੋਂ ਇੱਕ ਪਰਹੇਜ਼ ਹੀ ਚਾਹੀਦਾ ਜਿਹਦੇ ਜਿਹਦੇ ਐਸਿਡ ਬਣਦਾ ਨਾ ਜਿਹਦੇ ਤਜਾਬ ਬਣ ਗਿਆ ਇੱਕ ਵਾਰ ਕਈ ਵਾਰ ਅਸੀਂ ਸੋਚਦੇ ਆ ਵੀ ਨਿੰਬੂ ਪਾਣੀ ਪੀ ਲੋ ਉਹਦੇ ਨਾਲ ਠੀਕ ਹੋ ਜਾਊਗਾ ਇਹ ਬਿਲਕੁਲ ਗਲਤ ਆ ਨਿੰਬੂ ਪਾਣੀ ਨਾਲ ਹੋਰ ਵੱਰ ਸਕਦਾ ਤਜਾਬ ਇਹ ਪੇਟ ਦੀਆਂ ਨਾ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਕਈ ਵਾਰ ਨਾ ਅਸੀਂ ਉਹਨੂੰ ਇੱਕੋ ਹੀ ਮੰਨ ਲੈਂਦੇ ਆ ਇੱਕ ਤਾਂ ਹੁੰਦਾ ਮਤਲਬ ਐਸਿਡ ਬਣਨਾ ਦੂਸਰਾ ਹੁੰਦਾ ਪੇਟ ਗੈਸ ਹੂੰ ਇਹਦੇ ਵਿੱਚ ਫਰਕ ਕੀ ਆ ਜਦੋਂ ਐਸਿਡ ਬਣਿਆ ਹੋਊਗਾ ਤਾਂ ਐਸਿਡ ਨਾਲ ਜਲਣ ਹੋਣੀ ਜਾਂ ਖੱਟੇ ਢਕਾਰ ਆਉਣਗੇ ਹੀ ਇਹ ਲੱਛਣ ਨੇ ਇਹਦੇ ਤੇਜਾਬ ਬਣਦੇ ਜਿਹੜੀ ਗੈਸ ਆ ਉਹਦੇ ਨਾਲ ਫਿਰ ਪੇਟ 'ਚ ਆਫਾਰਾ ਜਾਂ ਬਣ ਜਾਂਦਾ ਟਾਈਟ ਜਾਂ ਹੋ ਜਾਂਦਾ ਖਾਣਾ ਹজম ਨਹੀਂ ਹੁੰਦਾ ਭੁੱਖ ਨਹੀਂ ਲੱਗਦੀ ਤੇ ਸਰੀਰ ਢਾਲ ਜਾਂ ਹੋ ਜਾਂਦਾ ਇਹ ਗੈਸ ਦੇ ਲੱਛਣ ਹੈਗੇ ਆ ਇਹ ਦੋ ਚੀਜ਼ਾਂ ਅਲੱਗ-ਅਲੱਗ ਨੇ ਨਿੰਬੂ ਪਾਣੀ ਤੁਹਾਨੂੰ ਕਿੱਥੇ ਕੰਮ ਕਰ ਸਕਦਾ ਨਿੰਬੂ ਪਾਣੀ ਗੈਸ ਦੇ ਵਿੱਚ ਕੰਮ ਕਰ ਸਕਦਾ ਜੀ ਅੰਤਰੀਆਂ 'ਚ ਗੈਸ ਆ ਉਹ ਤੇ ਉਦੋਂ ਨਿੰਬੂ ਪਾਣੀ ਕੰਮ ਕਰ ਸਕਦਾ ਕਾਲਾ ਨਮਕ ਕੰਮ ਕਰ ਸਕਦਾ ਜੇ ਤੁਹਾਡੇ ਐਸਿਡ ਬਣ ਗਿਆ ਉੱਥੇ ਤੁਸੀਂ ਨਿੰਬੂ ਪਾਣੀ ਨਹੀਂ ਪੀ ਸਕਦੇ ਤੇ ਡਾਕਟਰ ਸਾਹਿਬ ਇੱਕ ਜੋ ਉਦਾਹਰਨ ਆਪਾਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਦੇਖਦੇ ਆ ਬਹੁਤ ਉਦਾਹਰਨ ਦਿੱਤੀ ਜਾਂਦੀਆਂ ਨੇ ਵੀ ਜੇ ਕਿਸੇ ਤੇਜਾਬ ਬਣਦਾ ਰਾਤ ਦੀ ਜੋ ਮਿੱਸੀ ਰੋਟੀ ਪਈ ਹੈ ਤੜਕੇ ਉੱਠ ਕੇ ਖਾ ਲ ਖਾ ਲੋ ਤਾਂ ਉਹਦੇ ਨਾਲ ਤੇਜਾਬ ਬਣ ਨੂੰ हट ਸਕਦਾ ਹੈ ਇਹ ਜਾਂ ਤੜਕੇ ਕੱਚੀ ਲੱਸੀ ਵਗੈਰਾ ਪੀ ਲੋ ਉਹਦੇ ਨਾਲ ਤੇਜਾਬ ਬਣ ਨੂੰ हट ਸਕਦਾ ਹੈ ਇਹ ਉਦਾਹਰਨਾਂ ਕਿਤੇ ਨਾ ਕਿਤੇ ਤੁਹਾਨੂੰ ਠੀਕ ਲੱਗਦੀਆਂ ਨੇ ਵੀ ਠੀਕ ਨੇ ਜੀ ਇਹ ਦੇਖੋ ਬੇਹੀ ਰੋਟੀ ਵਾਲਾ ਵੀ ਜਾਂ ਜਿਹੜੇ ਇੱਕ ਤਾਂ ਇਹ ਸੌਖੀਆਂ ਨਹੀਂ ਹੈਗੀਆਂ ਹੂੰ ਫਰਸੋਂ ਨੂੰ ਤਜਾਬ ਬਣ ਗਿਆ ਤੁਸੀਂ ਮਤਲਬ ਉਸ ਟਾਈਮ ਤੁਹਾਡੇ ਕੋਲੇ ਬੇਹੀ ਰੋਟੀ ਕਿੱਥੇ ਆ ਹੈ ਤੇ ਉਹ ਤਾਂ ਬੇਹੀ ਰੋਟੀ ਦਾ ਤੁਸੀਂ ਲੌਂਗ ਟਾਈਮ ਚਾ ਤੁਸੀਂ ਲੰਬੇ ਟਾਈਮ ਚ ਖਾਈ ਜਾਓ ਤਾਂ ਉਹਦੇ ਨਾਲ ਥੋੜਾ ਬੋਸਾ ਸੇ ਠੀਕ ਰਹਿ ਸਕਦੀ ਆ ਪਰ ਇਹ ਕੋਈ ਹੱਲ ਨਹੀਂ ਹੈ ਕੱਚੀ ਲੱਸੀ ਨਾਲ ਵੀ ਕੋਈ ਹੱਲ ਨਹੀਂ ਤੇ ਇਹਦਾ ਹੱਲ ਹੈਗਾ ਤੁਹਾਡੀ ਰਸੋਈ ਚ ਹੀ ਹੁੰਦਾ ਆਮ ਵਰਤੋਂ ਚ ਆਉਣ ਵਾਲੀ ਚੀਜ਼ ਆ ਮਿੱਠਾ ਸੋਡਾ ਜੀ ਮਿੱਠਾ ਸੋਡਾ ਸਾਡੇ ਆਮ ਰਸੋਈ ਚ ਵਰਤਿਆ ਜਾਂਦਾ ਸੀ ਖਾਣੇ ਚ ਵੀ ਕਈ ਵਾਰ ਵਰਤਦੇ ਹਾਂ ਤੇ ਉਹ ਮਿੱਠਾ ਸੋਡਾ ਤੁਸੀਂ ਚੁਟਕੀ ਪਰ ਮਿੱਠਾ ਸੋਡਾ ਹਮ ਇੱਕ ਪਾਣੀ ਦੇ ਥੋੜੇ ਜਿਹਾ ਪਾਣੀ ਵਿੱਚ ਮਿਕਸ ਕਰਕੇ ਮਿਲਾ ਕੇ ਲੈ ਲਿਆ ਜਾਵੇ ਬਸ ਠੀਕ ਹੈ ਉਹ ਥੋੜਾ 2-4 ਸੈਕਿੰਡ ਦੇ ਵਿੱਚ ਹੀ ਥੋੜਾ ਜਿਹੜਾ ਅਸਰ ਹੋਣਾ ਸ਼ੁਰੂ ਹੋ ਜਾਣਾ ਦਾ ਥੋੜਾ ਡਾਕਟਰ ਸਾਹਿਬ ਆਪਾਂ ਆਮ ਧਾਰਨਾ ਦੇ ਵਿੱਚ ਦੇਖਿਆ ਵੀ ਜੇ ਮਿੱਠਾ ਸੋਡਾ ਖਾ ਲਈਏ ਤਾਂ ਉਹਦੇ ਨਾਲ ਹੋਰ ਕੋਈ ਕਿਸੇ ਤਰ੍ਹਾਂ ਦਾ ਹੋਰ ਸਾਈਡ ਇਫੈਕਟ ਤਾਂ ਨਹੀਂ ਪੈਂਦਾ ਦੇਖੋ ਇੱਕ ਧਾਰਨਾ ਹੈਗੀ ਆ ਵੀ ਮਿੱਠੇ ਸੋਡੇ ਨਾਲ ਇਹ ਤਾਂ ਹੈਗੀ ਆ ਕਲ ਵੀ ਉਹਦੇ ਨਾਲ ਲੂਜ਼ ਮੋਸ਼ਨ ਹੋ ਸਕਦੇ ਆ ਤੇ ਇਹ ਜਿਹੜਾ ਚੁਟਕੀ ਪਰ ਮਿੱਠਾ ਛੋਟਾ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ ਜੀ ਉਹ ਜੇ ਥੋੜੀ ਜਿਹੀ ਖੁੱਲ ਕੇ ਲੈਟਨ ਆ ਵੀ ਜਾਵੇ ਤਾਂ ਅੱਛੀ ਗੱਲ ਆ ਇਹ ਵੈਸੇ ਵੀ ਸਾਨੂੰ ਮਤਲਬ ਪੇਟ ਤੋਂ ਬਚਣ ਬਿਮਾਰੀਆਂ ਤੋਂ ਬਚਣ ਲਈ ਨਾ ਕਦੇ ਨਾ ਕਦੇ ਪੇਟ ਸਾਫ਼ ਕਰ ਲੈਣਾ ਬਹੁਤ ਜ਼ਰੂਰੀ ਆ ਕੋਈ ਜਲਾਬ ਲੈ ਕੇ ਆਸੀ ਤਾਂ ਕਹਿੰਦੇ ਕੋਈ ਜਲਾਬ ਲੈ ਕੇ ਕਰੋ ਜੇ ਨਹੀਂ ਕੋਈ ਹੋਰ ਦਾ ਕਹਿੰਦਾ ਪਰ ਇਹ ਮਿੱਠੇ ਛੋਟਾ ਵਰਤ ਲੈਣਾ ਵੀ ਕੋਈ ਗੱਲ ਨਹੀਂ ਥੋੜਾ ਬਹੁਤਾ ਜਦੋਂ ਪੇਟ ਦੀ ਖਰਾਬੀ ਹੁੰਦੀ ਹੈ ਵਰਤਿਆ ਜਾ ਸਕਦਾ ਜੀ ਇਹ ਡਾਕਟਰ ਸਾਹਿਬ ਇੱਕ ਜਦੋਂ ਆਮ ਇਤਜਾਬ ਬਣਦਾ ਹੈ ਤਾਂ ਉਹਦੇ ਵਿੱਚ ਲੋਕ ਕੀ ਕਰਦੇ ਨੇ ਕੋਈ ਆਪਣਾ ਜੋ ਨਿਰਨੇ ਕਾਲ ਜੇ ਕੈਪਸੂਲ ਹੁੰਦੇ ਨੇ ਐਸਿਡ ਦੇ ਕੈਪਸੂਲ ਹੁੰਦੇ ਨੇ ਜੋ ਉਮੀਪਰਾਜੋਲ ਵਗੈਰਾ ਹੁੰਦੇ ਨੇ ਉਹ ਦੇ ਖਾਲੀ ਪੇਟ ਤੜਕੇ ਲੈਂਦੇ ਹਨ ਵਿੱਚ ਬਹੁਤ ਵੀਰਤਾ ਇਹੋ ਜਿਹੇ ਨੇ ਜਿਹੜੇ ਦੋ ਦੋ ਤਿੰਨ ਤਿੰਨ ਵਾਰ ਲੈ ਲੈਂਦੇ ਨੇ ਉਹਨਾਂ ਦਾ ਵੀ ਕੋਈ ਨੁਕਸਾਨ ਹੁਣ ਹੁੰਦਾ ਹੋਊਗਾ ਜਿਹੜੇ ਇਹਨੇ ਕੈਪਸੂਲ ਜਿਆਦਾ ਲੈਂਦੇ ਨੇ ਜੀ ਬਿਲਕੁਲ ਮਤਲਬ ਆਮ ਧਾਰਨਾ ਇਹ ਹੀ ਆ ਵੀ ਤੁਸੀਂ ਡਾਕਟਰ ਕੋ ਜਾਓਗੇ ਐਸਿਡ ਬਣਾ ਹੈ ਤੇ ਉਹ ਤੁਹਾਨੂੰ ਇੱਕ ਕੈਪਸੂਲ ਲਾ ਰੂਗਾ ਵੀ ਸਵੇਰੇ ਖਾਲੀ ਪੇਟ ਤੁਸੀਂ ਆ ਕੈਪਸੂਲ ਲੈ ਲਿਆ ਕਰੋ ਜੀ ਤੇ ਉਹਦੇ ਪਰ ਨੁਕਸਾਨ ਬਹੁਤ ਨੇ ਬਹੁਤ ਸਾਰੇ ਸਾਈਡ ਇਫੈਕਟ ਨੇ ਤੁਹਾਨੂੰ ਮੈਂ ਜੇ ਦੱਸਾਂ ਵੀ ਬਿਮਾਰੀਆਂ ਦਾ ਇੱਕ ਸਰਕਲ ਬਣਦਾ ਜੀ ਪਹਿਲਾਂ ਐਸਿਡ ਬਣਨ ਲੱਗਿਆ ਤੁਸੀਂ ਕੈਪਸੂਲ ਲਾ ਲਿਆ ਹੂੰ ਫਿਰ ਅੱਗੇ ਤੁਸੀਂ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋਵੋਗੇ ਹੂੰ ਇੱਕ ਇੱਕ ਗੋਲੀ ਜਾਂ ਕੈਪਸੂਲ ਫੇਰ ਲੱਗਿਆ ਹੂੰ ਫਿਰ ਤੁਹਾਨੂੰ ਅੱਗੇ ਪ੍ਰੋਬਲਮ ਆਉਂਦੀ ਆ ਵੀ ਕੋਈ ਵੱਡੀ ਬਿਮਾਰੀ ਵੱਲ ਸੰਕੇਤ ਵੀ ਜਾਂਦਾ ਕਈ ਵਾਰ ਇਹ ਵੀ ਹੁੰਦਾ ਵੀ ਕੈਂਸਰ ਤੱਕ ਵੀ ਕੋਈ ਪ੍ਰੋਬਲਮ ਆ ਸਕਦੀ ਆ ਜਾਂ ਹੋਰ ਛੋਟੀਆਂ ਮੂਟੀਆਂ ਜਿਵੇਂ ਕੋਈ ਇਨਫੈਕਸ਼ਨ ਅੰਦਰ ਹੋ ਗਈ ਜਾਂ ਕਿਸੇ ਮਤਲਬ ਜਿਹੜਾ ਸਾਡਾ ਇਮਿਊਨ ਸਿਸਟਮ ਘਟ ਗਿਆ ਤੇ ਸਾਨੂੰ ਕੋਈ ਵਾਇਰਸ ਨੇ ਅਟੈਕ ਕਰ ਲਿਆ ਉਹ ਵੀ ਹੋ ਸਕਦਾ ਇਹ ਸਾਰਾ ਕੁਝ ਇੱਕ ਸਰਕਲ ਆ ਔਰ ਕੈਪਸੂਲੇ ਦਾ ਕੋਈ ਹੱਲ ਨਹੀਂ ਹੈ ਉਹ ਮੌਕੇ ਦੇ ਮੌਕੇ ਹੱਲ ਆ ਜਿਵੇਂ ਮੈਂ ਸਾਨੂੰ ਕੈਪਸੂਲ ਦੀ ਥਾਂ ਤੇ ਮੈਂ ਤੁਹਾਨੂੰ ਇਹ ਕਹੂੰਗਾ ਵੀ ਮਿੱਠਾ ਸੋਡਾ ਵਰਤ ਲੈਣਾ ਬਹੁਤ ਠੀਕ ਆ ਉਹਦੇ ਨਾਲੋਂ ਬਿਹਤਰ ਆ ਕਿਉਂਕਿ ਤੁਹਾਡੇ ਘਰੇ ਹੀ ਹੁੰਦਾ ਔਰ ਸਸਤਾ ਵੀ ਆ ਇਹ ਔਰ ਉਹਦੇ ਨਾਲੋਂ ਇਹਦਾ ਕੋਈ ਨੁਕਸਾਨ ਵੀ ਹੈ ਨਹੀਂ ਤੇ ਤੁਹਾਡਾ ਮੌਕਾ ਸਰ ਜਾਂਦਾ ਉਸ ਤੋਂ ਬਾਅਦ ਹਲ ਤਾਂ ਇਹ ਹੀ ਆ ਵੀ ਤੁਹਾਡੇ ਲੀਵਰ 'ਚ ਕੋਈ ਨਾ ਕੋਈ ਪ੍ਰੋਬਲਮ ਆਈ ਹੁੰਦੀ ਆ ਜੀ ਤੇ ਉਹ ਉਹਦਾ ਇਲਾਜ ਹੀ ਹੁੰਦਾ ਆਯੁਰਵੇਦ 'ਚ ਮੈਂ ਤੁਹਾਨੂੰ ਇੱਕ ਲੱਗਦਾ ਵੀ ਐਲੋਪੈਥੀ 'ਚ ਤਾਂ ਕੋਈ ਇਲਾਜ ਨਹੀਂ ਹੈ ਜੀ ਉਹਦੇ ਉਹਦੇ ਵਿੱਚ ਸਿਰਫ ਉਹ ਰਿਲੀਫ ਦੀ ਪੈਥੀ ਆ ਅਸਲ ਚ ਐਲੋਪੈਥੀ ਰਿਲੀਫ ਦਿੰਦੀ ਆ ਹਰ ਬਿਮਾਰੀ ਜੇ ਛੇਤੀ ਰਿਲੀਫ ਦੇ ਸਕਦੀ ਆ ਕੁਝ ਟਾਈਮ ਵਾਸਤੇ ਉਹ ਉਸ ਬਿਮਾਰੀ ਨੂੰ ਦਵਾ ਦਿੰਦੀ ਆ ਹਾਂ ਵੀ ਤੁਹਾਨੂੰ ਅੱਜ ਜਿਵੇਂ ਦਰਦ ਹੋਇਆ ਤੁਸੀਂ ਪੇਨ ਕਿਲਰ ਲਓ ਦਰਦ ਸੋਡਾ ਠੀਕ ਹੋ ਜਾਊਗਾ ਬਿਮਾਰੀ ਉੱਥੇ ਦੀ ਉੱਥੇ ਹੀ ਆ ਜੀ ਅਗਲੇ ਦਿਨ ਤੁਸੀਂ ਫੇਰ ਪੇਨ ਕਿਲਰ ਦੀ ਤੁਹਾਨੂੰ ਫੇਰ ਲੋੜ ਪਊਗੀ ਮਤਲਬ ਇਹਦੇ ਨਾਲ ਫੇਰ ਤੁਹਾਡਾ ਜਿਹੜਾ ਅੱਗੇ ਨੁਕਸਾਨ ਜਿਹੜੇ ਆ ਪੇਨ ਕਿਲਰਾਂ ਦੇ ਆਪਣੇ ਸਾਈਡ ਇਫੈਕਟ ਹੈਗੇ ਆ ਇਹਦਾ ਬਿੱਤ ਰਹੇ ਆ ਵੀ ਐਸਿਡ ਦਾ ਬਿਲਕੁਲ ਆਜਰ ਵਿੱਚ ਪੱਕਾ ਇਲਾਜ ਹੋ ਜਾਂਦਾ ਜੇ ਪ੍ਰੋਬਲਮ ਇੱਕ ਵਾਰ ਆਈ ਹੋਈ ਆ ਜ਼ਿਆਦਾ ਹੈਗੀ ਆ ਉਹ ਫਿਰ ਤੁਹਾਡੇ ਪਿੱਠੇ ਸੋਡੇ ਨਾਲ ਠੀਕ ਨਹੀਂ ਹੋਣ ਵਾਲੀ ਉਹ ਫਿਰ ਤੁਸੀਂ ਆਜਰ ਵਿੱਚ ਇਲਾਜ ਲਿਆ ਜਾ ਸਕਦਾ ਬਹੁਤ ਅੱਛਾ ਇਲਾਜ ਆ ਉਹ ਡਾਕਟਰ ਦੀ ਸਲਾਹ ਨਾਲ ਜਾਂ ਵੈਦ ਦੀ ਸਲਾਹ ਨਾਲ ਤੁਸੀਂ ਲੈ ਸਕਦੇ ਹੋ ਕੁਝ ਮਸਿਆ ਨਹੀਂ ਯਾਨੀ ਆਯੁਰਵੈਦਿਕ ਦੇ ਵਿੱਚ ਤੁਹਾਡਾ ਕਹਿਣਾ ਇਹ ਵੀ ਇਹਦਾ ਪ੍ਰੋਪਰ ਇੱਕ ਪੱਕਾ ਇਲਾਜ ਹੈ ਉਸ ਤੋਂ ਬਾਅਦ ਯਾਨੀ ਕਿ ਇਤਜਾਬ ਨਹੀਂ ਬਣੇਗਾ ਬਿਲਕੁਲ ਪੱਕਾ ਇਲਾਜ ਹੈ ਜੀ ਔਰ ਮੈਂ ਤਾਂ ਇਹ ਵੀ ਕਹਿਣਾ ਵੀ ਐਸਿਡ ਇੰਨਾ ਬਣਦਾ ਹੁੰਦਾ ਕਈ ਵਾਰ ਅੰਦਰ ਅਲਸਰ ਬਣ ਜਾਂਦਾ ਜੀ ਤੇ ਜ਼ਖਮ ਹੋ ਜਾਂਦੇ ਆ ਹੂੰ ਉਹਦੇ ਵਿੱਚ ਵੀ ਆਯੁਰਵੇਦ ਦੇ ਵਿੱਚ ਇਲਾਜ ਹੈ ਹੂੰ ਐਲੋਪੈਥੀ ਚ ਨਹੀਂ ਹੈਗਾ ਉੱਥੇ ਮੁਸ਼ਕਲ ਆਉਂਦੀ ਆ ਤੇ ਡਾਕਟਰ ਸਾਹਿਬ ਜਿਵੇਂ ਆਪਾਂ ਆਮ ਇੱਕ ਦੇਖੀ ਵੀ ਜਦੋਂ ਕਿਸੇ ਦੇ ਇਹ ਬਣਨ ਲੱਗਦਾ ਹੈ ਜਦੋਂ ਤਜਾਬ ਦੀ ਸਟਾਰਟਿੰਗ ਹੁੰਦੀ ਹੈ ਤਾਂ ਉਹਨੂੰ ਕੀ ਕੀ ਪਰਹੇਜ਼ ਰੱਖਣੇ ਚਾਹੀਦੇ ਨੇ ਉਸ ਟਾਈਮ ਉਹਦੇ ਵਿੱਚ ਮੇਨ ਤਾਂ ਖਟੀਆਂ ਚੀਜ਼ਾਂ ਤੋਂ ਤਾਂ ਪਰਹੇਜ਼ ਕਰਨਾ ਹੀ ਚਾਹੀਦਾ ਜੀ ਇੱਕ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਨਾ ਵੀ ਖਾਣਾ ਖਾਣ ਦਾ ਸਾਡਾ ਢੰਗ ਆ ਨਾ ਜਿਹੜਾ ਤਰੀਕਾ ਉਹ ਵੀ ਕੁਝ ਬਦਲਣ ਦੀ ਲੋੜ ਹੈਗੀ ਆ ਕਈ ਵਾਰ ਅਸੀਂ 2 ਮਿੰਟ ਨਹੀਂ ਲਾਉਂਦੇ ਅਸੀਂ 4-5 ਰੋਟੀਆਂ ਖਾ ਕੇ ਭਰੇ ਹੋ ਜਾਂਦੇ ਆ ਜੀ ਇਹ ਗਲਤ ਤਰੀਕਾ ਹੈ ਇਹ ਕੋਈ ਖਾਣਾ ਖਾਣ ਦਾ ਤਰੀਕਾ ਨਹੀਂ ਹੈ ਇਹ ਕੰਮ ਨਹੀਂ ਹੈ ਅਸਲ 'ਚ ਖਾਣੇ ਨੂੰ ਨਾ ਅਸੀਂ ਕਈ ਵਾਰ ਕੰਮ ਸਮਝਣ ਲੱਗ ਗਏ ਹੁਣ ਕੰਮ ਕਾ ਉਪਰੇ ਫਟਾਫਟ ਆਪਾਂ ਆਮ ਦੇਖਦੇ ਹਾਂ ਜਦੋਂ ਆਪਾਂ ਖਾਣਾ ਖਾਣ ਲੱਗਦੇ ਹਾਂ ਤਾਂ ਬਹੁਤ ਜ਼ਿਆਦਾ ਕਾਲੀ ਚੀਜ਼ਾਂ ਜਲਦਬਾਜੀ ਦੇ ਵਿੱਚ ਖਾਣਾ ਖਾਂਦੇ ਹਾਂ ਕਿਤੇ ਨਾ ਕਿਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਵੀ ਉਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਇਤਜਾਬ ਦਾ ਕਾਰਨ ਬਣਦਾ ਹੈ ਤੇ ਡਾਕਟਰ ਸਾਹਿਬ ਫਿਰ ਆਪਣਾ ਜੋ ਖਾਣ ਪੀਣ ਦਾ ਢੰਗ ਹੈ ਉਹ ਸਹੀ ਕਿਸ ਹਿਸਾਬ ਨਾਲ ਖਾਦਾ ਜਾਵੇ ਦੇਖੋ ਇਹਦੀ ਜਿਵੇਂ ਖਾਣਾ ਸੀ ਖਾਣਿਆ ਤੇ ਸਬਜੀ ਲਾ ਕੇ ਅਸੀਂ ਰੋਟੀ ਨਾਲ ਖਾਂਦੇ ਹਾਂ ਤੇ ਬਹੁਤ ਛੋਟਾ ਛੋਟੀ ਬੁਰਕੀ ਹੋਣੀ ਚਾਹੀਦੀ ਆ ਬਹੁਤ ਛੋਟੀ ਬੁਰਕੀ ਫਿਰ ਉਹਨੂੰ ਤੁਸੀਂ ਮੂੰਹ ਦੇ ਵਿੱਚ ਚੰਗੀ ਤਰ੍ਹਾਂ ਚਬਾਓ ਉਹਦਾ ਸਵਾਦ ਮਹਿਸੂਸ ਕਰੋ ਪੂਰੀ ਤਰ੍ਹਾਂ ਉਹਦਾ ਆਨੰਦ ਲਓ ਸਵਾਦ ਦਾ ਆਨੰਦ ਲਓ ਜਿੰਨਾ ਤੁਸੀਂ ਖਾਣਾ ਆਨੰਦ ਲੈ ਕੇ ਖਾਓਗੇ ਬਾਅਦ ਚ ਵੀ ਖਾਣਾ ਤੁਹਾਨੂੰ ਉਨਾ ਹੀ ਆਨੰਦ ਦੇਊਗਾ ਉਹਨੇ ਛੇਦੀ ਹਾਜਮ ਹੋ ਜਾਣਾ ਫਟਾਫਟ ਊਰਜਾ ਵਿੱਚ ਉਹਨੇ ਬਦਲ ਜਾਣਾ ਤੇ ਤੁਹਾਨੂੰ ਉਹਦਾ ਫਾਇਦਾ ਹੋਣਾ ਉਨੇ ਇਨੀ ਹੈਵੀ ਅੰਦਰ ਪਚੂਗਾ ਨਹੀਂ ਹਜਮ ਨਹੀਂ ਹੋਊਗਾ ਜਿਹੜਾ ਜਿਹੜਾ ਮੂੰਹ ਦੀ ਲਾਰ ਆ ਨਾ ਇਹ ਸਾਡੇ ਖਾਣੇ ਚ ਜਿੰਨੀ ਮਿਕਸ ਹੋ ਕੇ ਜਾਊਗੀ ਜਿੰਨਾ ਇਹਦੇ ਵਿੱਚ ਭੁਜ ਕੇ ਜਾਊਗੀ ਉਨਾ ਹੀ ਮਤਲਬ ਉਹ 체ਤੀ ਹਜਮ ਹੋ ਜਾਊਗੀ ਕਿਉਂਕਿ ਖਾਣਾ ਇੱਥੋਂ ਹੀ ਪਚਣਾ ਸ਼ੁਰੂ ਹੋ ਜਾਂਦਾ ਮੂੰਹ ਦੀ ਲਾਰ ਉਹ ਚ ਮਿਕਸ ਹੁੰਦੀ ਆ ਤੇ ਉਹ ਗਲਣਾ ਸ਼ੁਰੂ ਹੋ ਜਾਂਦਾ ਜੇ ਉਹ ਅਸੀਂ ਛੇਤੀ ਛੇਤੀ ਅੰਦਰ ਸੁੱਟ ਲਿਆ ਉਹਦਾ ਸਵਾਰ ਮਹਿਸੂਸ ਨਾ ਕੀਤਾ ਮੂੰਹ ਚ ਨਾ ਚਬਾਇਆ ਚੰਗੀ ਤਰ੍ਹਾਂ ਤਾਂ ਉਹਦੇ ਫਿਰ ਉਹ ਸਮੱਸਿਆ ਤੁਹਾਨੂੰ ਆਉਗੀ ਵੀ ਤੇ ਡਾਕਟਰ ਸਾਹਿਬ ਇੱਕ ਆਪਾਂ ਕਿਹਾ ਜਾਂਦਾ ਹੈ ਵੀ ਜੋ ਚਾਹ ਜਿਆਦਾ ਪੀਂਦੇ ਹਨ ਜਾਂ ਦੇਸੀ ਘਿਓ ਵਗੈਰਾ ਜਾਂ ਤਲੀਆਂ ਹੋਈਆਂ ਚੀਜ਼ਾਂ ਜਿਆਦਾ ਖਾਂ ਤੇਜਾਬ ਉਹਨਾਂ ਦੇ ਜਿਆਦਾ ਬਣਦਾ ਹੈ ਇਹ ਕਿਤਨਾ ਕਿਤੇ ਸਹੀ ਹੈ ਵੀ ਚਾਹ ਵਾਲੇ ਬੰਦੇ ਦੇ ਜਿਆਦਾ ਤੇਜਾਬ ਬਣਦਾ ਹੈ ਹਾਂ ਇਹ ਗੱਲ ਵੀ ਕੁਝ ਹੱਦ ਤੱਕ ਸਹੀ ਆ ਵੀ ਚਾਹ ਅਸਲ ਚ ਚਾਹ ਸਾਡੀ ਲੋੜ ਹੀ ਨਹੀਂ ਹੈ ਚਾ ਸਾਡੀ ਖੁਰਾਕ ਚ ਸ਼ਾਮਲ ਕੀਤੀ ਗਈ ਸੀ ਹੂੰ ਸਾਡੇ ਖੁਰਾਕ ਚ ਸ਼ਾਮਲ ਹੁੰਦੀ ਨਹੀਂ ਸੀ ਇਹ ਹੂੰ ਅਸੀਂ ਇਹ ਅੰਗਰੇਜ਼ ਲੈ ਕੇ ਆਏ ਨੇ ਹੂੰ ਅੰਗਰੇਜ਼ਾਂ ਨੇ ਸਾਨੂੰ ਪਹਿਲਾਂ ਫ੍ਰੀ ਪੰਡ ਕੇ ਸਾਨੂੰ ਇਹਦੀ ਆਰਜ਼ਿ ਪਾਈ ਆ ਹੂੰ ਫਿਰ ਅਸੀਂ ਹੌਲੀ-ਹੌਲੀ ਖਰੀਦ ਕੇ ਪੀਣਾ ਸ਼ੁਰੂ ਕਰ ਦਿੱਤੀ ਮਤਲਬ ਚਾਹ ਜਿਹੜੀ ਆ ਅਸੀਂ ਜਿਵੇਂ ਬਣਾਉਨੇ ਆ ਪੱਤੀ ਆ ਵਾਲ ਕੇ ਤੇ ਉਹਦੂ ਵਾਰ ਉਹਦੇ ਵਿੱਚ ਦੁੱਧ ਪਾਇਆ ਜਾਂਦਾ ਚੀਨੀ ਪਾਈ ਜਾਂਦੀ ਆ ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਮਤਲਬ ਬਹੁਤ ਨੁਕਸਾਨ ਦੇਣ ਵਾਲੀ ਇੱਕ ਇੱਕ ਮਤਲਬ ਪਦਾਰਥ ਬਣ ਜਾਂਦਾ ਇਹਦੇ ਨਾਲ ਤੇਜੀ ਦਾ ਸਾਡੀ ਸਿਹਤ ਤੇ ਬਹੁਤ ਅਸਰ ਪੈਂਦਾ ਕਈ ਲੰਬੀਆਂ ਬਿਮਾਰੀਆਂ ਚ ਹੁੰਦੇ ਆ ਬਹੁਤ ਕੋਈ ਕੈਂਸਰ ਪੀੜਤਾ ਕੋਈ ਹੋਰ ਉਹ ਕਈ ਵਾਰ ਠੀਕ ਹੀ ਨਹੀਂ ਹੁੰਦੇ ਜੇ ਤੂੰ ਚਾਹ ਛੱਡੀ ਜਾਂਦੀ ਹੈ ਚਾਹ ਛੱਡਣ ਨਾਲ ਵੀ ਕੁਝ ਬਿਮਾਰੀਆਂ ਠੀਕ ਹੁੰਦੀਆਂ ਨੇ ਦੇਖੀਆਂ ਗਈਆਂ ਨੇ ਇਸ ਕਰਕੇ ਚਾਹ ਸਾਨੂੰ ਲਗਭਗ ਨਹੀਂ ਪੀਣੀ ਚਾਹੀਦੀ ਜਾਂ ਕੋਈ ਦੇਸੀ ਚਾਹ ਇੱਕ ਹੈਗੀ ਆ ਜਿਹੜੀ ਬੂਟੀਆਂ ਤੋਂ ਤਿਆਰ ਹੁੰਦੀ ਆ ਉਹ ਵਰਤ ਲੈਣੀ ਚਾਹੀਦੀ ਆ ਜੀ サノバチの話は意外と。 ਜਿਵੇਂ ਤੁਸੀਂ ਦੇਖਿਆ ਵੀ ਡਾਕਟਰ ਸਾਹਿਬ ਨੇ ਕਿਹਾ ਹੈ ਵੀ ਚਾਹ ਵੀ ਜੋ ਆਪਣੀ ਆਮ ਰੁਟੀਨ ਜ਼ਿੰਦਗੀ ਦੇ ਵਿੱਚ ਆਪਾਂ ਚਾਹ ਇੱਕ ਕੱਪ ਤੋਂ ਦੋ ਕੱਪਾਂ ਤੋਂ ਤਿੰਨ ਕੱਪਾਂ ਤੋਂ ਕਈ ਕਈ ਵਾਰ ਤਾਂ ਕਈ ਘਰਾਂ ਦੇ ਵਿੱਚ ਦੇਖਿਆ ਗਿਆ ਹੈ ਕਿ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੁਕੜ 10 ਤੋਂ 15 ਕੱਪ ਚਾਹ ਦੇ ਪੀ ਜਾਂਦੇ ਨੇ ਚਾਹ ਵੀ ਕਿਤੇ ਨਾ ਕਿਤੇ ਇਹ ਚੀਜ਼ ਦਾ ਮੇਨ ਕਾਰਨ ਦੱਸੀ ਜਾ ਸਕਦੀ ਹੈ ਵੀ ਤਜਾਬ ਦਾ ਮੇਨ ਕਾਰਨ ਹੈ ਤੇ ਡਾਕਟਰ ਸਾਹਿਬ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੇ ਕਿਸੇ ਵੀਰ ਨੇ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਤਾਰ ਸੇਖਾ ਜੀ ਜੋ ਕਿ ਸੰਗਰੂਰ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਸੰਗਰੂਰ ਦੇ ਡਾਕਟਰ ਨੇ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਡਾਕਟਰ ਸਾਹਿਬ ਆਪਾਂ ਕੀ ਆਮ ਜ਼ਿੰਦਗੀ ਦੇ ਵਿੱਚ ਫਿਰ ਕੀ ਪਰਹੇਜ਼ ਰੱਖਿਆ ਜਾਵੇ ਸਟਾਰਟਿੰਗ ਤੋਂ ਵੀ ਜੋ ਇਹ ਸਮੱਸਿਆ ਹੈ ਮੁੜ ਕੇ ਵਾਪਸੀ ਨਾ ਆਵੇ ਜਿਵੇਂ ਮੈਂ ਦੱਸਿਆ ਨਾ ਵੀ ਖਾਣਾ ਖਾਣ ਦਾ ਢੰਗ ਸਾਨੂੰ ਬਦਲਣਾ ਪਊ ਥੋੜਾ ਜਿਹਾ ਬੜੇ ਆਰਾਮ ਨਾਲ ਹੌਲੀ-ਹੌਲੀ ਚਬਾ ਕੇ ਆਨੰਦ ਲੈ ਕੇ ਖਾਣਾ ਖਾਧਾ ਜਾਵੇ ਔਰ ਲੋੜ ਤੋਂ ਘੱਟ ਖਾਧਾ ਜਾਵੇ ਮਤਲਬ ਅਸੀਂ ਰੱਜ ਕੇ ਖਾਣਾ ਖਾਣ ਦੀ ਸਾਨੂੰ ਆਦਤ ਜਿਹੜੀ ਜ਼ਿਆਦਾ ਨਾ ਉਹ ਥੋੜਾ ਜਿਹਾ ਚੇਂਜ ਕਰਨੀ ਪੈਣੀ ਹੈ ਰੱਜ ਕੇ ਨਾ ਖਾਓ ਡਾਕਟਰ ਸਾਹਿਬ ਇੱਕ ਇਹ ਵੀ ਇਹ ਵੀ ਕਿਹਾ ਜਾਂਦਾ ਹੈ ਵੀ ਇੱਕ ਵਾਰ ਖਾਣ ਦੀ ਬਜਾਏ ਜੇ ਆਪਾਂ ਉਹ ਚੀਜ਼ ਨੂੰ ਜੇ ਆਪਾਂ ਨੂੰ ਭੁੱਖ ਬੱਧ ਲੱਗੀ ਹੈ ਤਾਂ ਉਹਨੂੰ ਵੰਡ ਕੇ ਤਿੰਨ ਚਾਰ ਵਾਰ ਖਾ ਲਈਏ ਇਹ ਵੀ ਕਿਤੇ ਨਾ ਕਿਤੇ ਸਹੀ ਹੈ ਬਿਲਕੁਲ ਸਹੀ ਹੈ ਇਹ ਜੀ ਥੋੜਾ ਖਾਓਗੇ ਤਾਂ ਉਹ ਛੇਤੀ ਹজম ਹੋ ਜਾਊਗਾ ਹੂੰ ਤੇ ਫਿਰ ਅਕੇਲ ਉਹ ਮਤਲਬ ਫਿਰ ਖਾਦਾ ਜਾ ਸਕਦਾ ਲੋੜ ਅਨੁਸਾਰ ਸਾਨੂੰ ਬਹੁਤਾ ਰੱਜ ਕੇ ਖਾਣ ਨਾਲੋਂ ਬਿਹਤਰ ਆ ਵੀ ਅਸੀਂ ਥੋੜਾ ਥੋੜਾ ਕਰਕੇ ਚਾਹੇ ਚਾਰ ਵਾਰ ਵੀ ਖਾਦਾ ਜਾ ਸਕਦਾ ਕੋਈ ਗੱਲ ਨਹੀਂ ਪਰ ਥੋੜਾ ਹੀ ਖਾਣਾ ਚਾਹੀਦਾ ਔਰ ਚੰਗੀ ਤਰ੍ਹਾਂ ਚਬਾ ਕੇ ਔਰ ਫਿਰ ਖਾਣੇ ਤੋਂ ਬਾਅਦ ਅਸੀਂ ਇੱਕਦਮ ਪਾਣੀ ਪੀ ਲੈਂਦੇ ਆ ਉਹ ਬਿਲਕੁਲ ਗਲਤ ਆ ਖਾਣੇ ਤੋਂ ਬਾਅਦ 1 ਘੰਟਾ ਦਾ ਸਵਾ ਘੰਟਾ 1.5 ਘੰਟਾ ਪਾਣੀ ਨਾ ਪੀਓ ਜੀ ਕਿਉਂਕਿ ਜੇ ਅਸੀਂ ਪਾਣੀ ਪੀ ਲਿਆ ਤੇ ਫਿਰ ਸਾਡੇ ਜਿਹੜੇ ਆ ਅੰਦਰ ਸਾਡੇ ਪਾਚਕ ਰਸ ਨੇ ਉਹਨਾਂ ਚ ਗੜਬੜੀ ਹੋ ਜਾਂਦੀ ਆ ਤੇ ਸਾਨੂੰ ਪਾਣੀ ਜਿੰਨਾ ਵੀ ਡਿਲੇ ਕਰਕੇ ਪੀਏ ਸੀ ਉਹ ਨਹੀਂ ਠੀਕ ਹੈ ਤੇ ਡਾਕਟਰ ਸਾਹਿਬ ਇਹ ਤੋਂ ਇਲਾਵਾ ਆਪਣੇ ਹੋਰ ਜੋ ਘਰੇਲੂ ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਨੇ ਰਸੋਈ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੋ ਆਪਣੇ ਦਰਸ਼ਕ ਦੇਖ ਰਹੇ ਨੇ ਜੋ ਕਿਸੇ ਮੇਰੇ ਵੀਰ ਨੂੰ ਇਹ ਸਮੱਸਿਆ ਹੈ ਉਹ ਲੈ ਕੇ ਉਹਨਾਂ ਦੀ ਠੀਕ ਹੋ ਸਕਦੀ ਹੈ ਵੀ ਰਸੋਈ ਦੇ ਵਿੱਚ ਹੋਰ ਆਪਣੇ ਵਰਤੋਂ ਵਾਲੇ ਚੀਜ਼ਾਂ ਦੇ ਵਿੱਚੋਂ ਕੀ ਚੀਜ਼ ਆਉਂਦੀ ਹੈ ਜੋ ਤਜਾਬ ਨੂੰ ਠੀਕ ਕਰੇ ਇੱਕ ਤਾਂ ਤੁਸੀਂ ਦੱਸਿਆ ਵੀ ਮਿੱਠਾ ਸੋਡਾ ਹੀ ਆ ਗਿਆ ਉਸ ਤੋਂ ਇਲਾਵਾ ਜੇ ਕੋਈ ਹੋਰ ਚੀਜ਼ ਹੋਵੇ ਮਿੱਠਾ ਸੋਡਾ ਵੀ ਹੈ ਤੇ ਬਾਕੀ ਆਮਲਾ ਸਾਡੇ ਆਮ ਬਰਸਤੋਂ ਚ ਆਉਂਦਾ ਅਸੀਂ ਆਮਲੇ ਦਾ ਕਈ ਵਾਰ ਹੁਣ ਤਾਂ ਪ੍ਰਚਾਰ ਬਹੁਤ ਹੋਇਆ ਪਿਛਲੇ ਕੁਝ ਦੌਰ ਚ ਤੇ ਆਮਲਾ ਲੋਕਾਂ ਨੂੰ ਪਤਾ ਵੀ ਉਹ ਫਾਇਦਾ ਕਰਦਾ ਜੇ ਉਹਦਾ ਵੀ ਤੁਸੀਂ ਜਿਵੇਂ ਆਮਲਾ ਪੀਸਿਆ ਹੋਵੇ ਤੇ ਉਹਦਾ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਲਿਆ ਜਾਵੇ ਤਾਂ ਅੱਛੀ ਗੱਲ ਆ ਜੀ ਉਹਦੇ ਨਾਲ ਬਹੁਤ ਫਰਕ ਪੈਂਦਾ ਉਹਦੇ ਵਿੱਚ ਥੋੜੀ ਜਿਹੀ ਮਿਸ਼ਰੀ ਵੀ ਪਾਈ ਜਾ ਸਕਦੀ ਆ ਤੇ ਉਹ ਪਾਊਡਰ ਬਣਾ ਕੇ ਰੱਖਿਆ ਜਾ ਸਕਦਾ ਤੇ ਉਹਨੂੰ ਥੋੜਾ ਥੋੜਾ ਕਰਕੇ ਲਿਆ ਜਾ ਸਕਦਾ ਉਹਦੇ ਨਾਲ ਵੀ ਫਾਇਦਾ ਹੁੰਦਾ ਤੇ ਡਾਕਟਰ ਸਾਹਿਬ ਇਹ ਕੋ ਆਮ ਦੱਸਿਆ ਜਾਂਦਾ ਹੈ ਕਦੇ ਕੋਈ ਦੱਸ ਦਿੰਦਾ ਹੈ ਵੀ ਤੁਸੀਂ ਆਹ ਕਰ ਲਓ ਤੁਹਾਡਾ ਤਜਾਬ ਠੀਕ ਹੋ ਜੂ ਉਸ ਉਹ ਜੋ ਇਹ ਟੋਟਕੇ ਬਣੇ ਹੋਏ ਨੇ ਕਿਤਨੇ ਕਿਤੇ ਉਹ ਟੋਟਕਿਆਂ ਤੋਂ ਵੀ ਬਚਨ ਦੀ ਲੋੜ ਹੈ ਦੇਖੋ ਕਈ ਵਾਰ ਇਹ ਹੁੰਦਾ ਵੀ ਕੁਝ ਗਲਤ ਚੀਜ਼ਾਂ ਸਾਨੂੰ ਦੱਸ ਦਿੰਦੇ ਆ ਹੂੰ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਕਈ ਵਾਰ ਇਹ ਦੇਖਿਆ ਜਾਂਦਾ ਵੀ ਜਿਵੇਂ ਆਮਲਾ ਠੰਡਾ ਹੁੰਦਾ ਆਮਲਾ ਹੀ ਜ਼ਿਆਦਾ ਖਾਈ ਜਾਣਾ ਤੇ ਮਤਲਬ ਜਾਂ ਕੋਈ ਹੋਰ ਚੀਜ਼ ਇਸ ਤਰ੍ਹਾਂ ਦੀ ਹੁੰਦੀ ਆ ਫਿਰ ਉਦੇ ਬਾਰੇ ਬਹਿਮ ਹੋ ਜਾਂਦਾ ਲੋਕਾਂ ਨੂੰ ਕਈ ਵਾਰ ਲੋਕਾਂ ਨੂੰ ਮਤਲਬ ਜਿਵੇਂ ਅਦਰਕ ਦੇ ਗਰਮ ਹੋਣ ਬਾਰੇ ਇੰਨਾ ਪ੍ਰਚਾਰ ਲੋਕਾਂ ਚ ਹੈਗੇ ਆ ਬਹੁਤ ਗਰਮ ਹੁੰਦਾ ਜੀ ਜਦ ਕਿ ਇੰਨੀ ਗੱਲ ਨਹੀਂ ਹੈਗੀ ਪਰ ਉਹਨਾਂ ਨੇ ਸੋਚ-ਸੋਚ ਕੇ ਆਪਣੇ ਆਪ ਨੂੰ ਉਹਨਾਂ ਦੇ ਧੱਫੜ ਵੀ ਹੋ ਜਾਂਦੇ ਆ ਰਿਐਕਸ਼ਨ ਵੀ ਹੋ ਜਾਂਦਾ ਜੀ ਮਤਲਬ ਇਹਦੇ ਮਾਨਸਿਕ ਕਾਰਨ ਵੀ ਹੈਗੇ ਆ ਇਸ ਤਰ੍ਹਾਂ ਕਿਤਨਾ ਕਿਤੇ ਤਿਆਬ ਨੂੰ ਇੱਕ ਮਾਨਸਿਕਤਾ ਦੇ ਨਾਲ ਵੀ ਜੋੜਿਆ ਜਾਂਦਾ ਬਿਲਕੁਲ ਬਿਲਕੁਲ ਮਾਨਸਿਕਤਾ ਨਾਲ ਬਹੁਤ ਵੱਡੀ ਗੱਲ ਹੈ ਜੁੜਿਆ ਹੋਇਆ ਮਾਸਕ ਨਾਲ ਵੀ ਮਤਲਬ ਸੋਚਣ ਦੇ ਢੰਗ ਤਰੀਕੇ ਆ ਥੋੜਾ ਜਿਹਾ ਸਾਨੂੰ ਚੇਂਜ ਕਰਨੇ ਪੈਣਗੇ ਪੋਜੀਟਿਵ ਮਾਹੌਲ ਚ ਰਿਹਾ ਜਾਵੇ ਸੋਚ ਨੂੰ ਪੋਜੀਟਿਵ ਬਣਾਇਆ ਜਾਵੇ ਤੇ ਇਹਦੇ ਨਾਲ ਵੀ ਬਹੁਤ ਫਰਕ ਪੈ ਸਕਦਾ ਇੱਕ ਖੁਸ਼ ਰਿਹਾ ਜਾਵੇ ਬਹੁਤਾ ਦੁਖੀ ਰਹਿਣ ਨਾਲ ਵੀ ਚਿੰਤਾ ਤਾਂ ਜਿਹੜਾ ਖਤਮ ਹੋ ਜਾਣੀ ਆ ਹੁਣ ਦੇ ਸਮੇਂ ਦੇ ਵਿੱਚ ਆਪਾਂ ਡਾਕਟਰ ਸਾਹਿਬ ਦੇਖਦੇ ਆਂ ਲੋਕ ਕਿਤਨਾ ਕਿਤੇ ਕਸਰਤ ਕਿੰਨੀ ਉਹ ਵੀ ਵਾਂਝੇ ਨੇ ਇਸ ਦੇ ਨਾਲ ਵੀ ਕੋਈ ਫਰਕ ਪੈ ਸਕਦਾ ਬਿਲਕੁਲ ਐਕਸਰਸਾਈਜ਼ ਜਿਹੜੀ ਆ ਉਹ ਹੈ ਨਹੀਂ ਅਸੀਂ ਟਾਈਮ ਤੇ ਖਾਣਾ ਖਾ ਲੈਨੇ ਆ ਪਹਿਲੀ ਤਾਂ ਗੱਲ ਮੈਂ ਇਹ ਕਹਿਣਾ ਕਹਿਣਾ ਚਾਹੁੰਦਾ ਵੀ ਜ਼ਰੂਰੀ ਨਹੀਂ ਹੁੰਦਾ ਕੋਈ ਟਾਈਮ ਹੁੰਦਾ ਖਾਣੇ ਦਾ ਉਹ ਤੁਸੀਂ ਉਦੋਂ ਮਤਲਬ ਤੁਸੀਂ ਆਪਣਾ ਰੱਖੋ ਵੀ ਅਸੀਂ ਜਿਹੜੇ ਟਾਈਮ 'ਚ ਸਾਨੂੰ 1 ਵਜੇ ਨਹੀਂ ਭੁੱਖ ਲੱਗਦੀ ਸੀ ਕਿਉਂ ਲੰਚ 1 ਵਜੇ ਕਰਨਾ ਅਸੀਂ 3 ਵਜੇ ਵੀ ਖਾ ਲਓ ਕੋਈ ਗੱਲ ਨਹੀਂ ਜੇ 3 ਵਜੇ ਤੱਕ ਨਾ ਸਾਨੂੰ ਭੁੱਖ ਲੱਗੇ ਤਾਂ ਨਾ ਖਾਓ ਅਸੀਂ ਖਾਣਾ ਜਿਹੜਾ ਉਦੋਂ ਖਾਓ ਜਦੋਂ ਭੁੱਖ ਲੱਗੀ ਹੋਈ ਆ ਜੀ ਚੰਗੀ ਭੁੱਖ ਲੱਗੀ ਹੋਈ ਆ ਜਿੰਨੀ ਥੋੜੀ ਭੁੱਖ ਲੱਗੀ ਹੋਊਗੀ ਖਾਣਾ ਫਿਰ ਥੋੜਾ ਹজম ਹੋ ਜਾਊਗਾ ਜੀ ਬਿਨਾ ਪੁਖ ਤੋਂ ਖਾਦਾ ਹੋਇਆ ਖਾਣਾ ਸਿਰ ਅੰਦਰ ਹੀ ਪਿਆਰ ਹੋਊਗਾ ਉਹ ਸੜੀ ਜਾਊਗਾ ਉਹਨੇ ਬਿਮਾਰੀਆਂ ਦਾ ਰੂਪ ਹੀ ਧਾਰਨਾ ਹੂੰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਆਪਾਂ ਕਿਤੇ ਨਾ ਕਿਤੇ ਦੇਖਦੇ ਆਂ ਵੀ ਆਮ ਘਰਾਂ ਦੇ ਵਿੱਚ ਚਾਹ ਦੇ ਟਾਈਮ ਫਿਕਸ ਕੀਤੇ ਹੁੰਦੇ ਨੇ 10 ਵਜੇ 4 ਵਜੇ ਤੇ ਉਸ ਤੋਂ ਬਾਅਦ ਕਦੇ-ਕਦੇ ਸ਼ਾਮ ਨੂੰ ਵੀ ਚਾਹ ਬਣਾਈ ਜਾਂਦੀ ਹੈ ਪਰ ਡਾਕਟਰ ਸਾਹਿਬ ਦਾ ਕਹਿਣਾ ਹੈ ਵੀ ਇਹ ਚੀਜ਼ ਦਾ ਉਦੋਂ ਹੀ ਸੇਵਨ ਕੀਤਾ ਜਾਵੇ ਜਦੋਂ ਤੁਹਾਨੂੰ ਉਸ ਚੀਜ਼ ਦੀ ਲੋੜ ਹੋਵੇ ਜਾਂ ਭੁੱਖ ਹੋਵੇ ਭੁੱਖ ਦੇ ਮੁਤਾਬਕ ਹੀ ਉਸ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਲੋੜ ਤੋਂ ਵੱਧ ਕੋਈ ਵੀ ਚੀਜ਼ ਹੁੰਦੀ ਹੈ ਉਹ ਨੁਕਸਾਨ ਹੀ ਦਿੰਦੀ ਹੈ ਜੇ ਆਪਾਂ ਲੋੜ ਤੋਂ ਵੱਧ ਰੋਟੀ ਖਾਵਾਂਗੇ ਤਾਂ ਆਪਾਂ ਨੂੰ ਨੁਕਸਾਨ ਹੀ ਹੋਊਗੀ ਫਾਇਦਾ ਕੋਈ ਨਹੀਂ ਦਊਗੀ ਤੇ ਡਾਕਟਰ ਸਾਹਿਬ ਹੋਰ ਤੁਸੀਂ ਲਾਸਟ ਦੇ ਵਿੱਚ ਜੋ ਤੁਹਾਨੂੰ ਉਹ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਤੇ ਆਯੁਰਵੇਦਿਕ ਦੇ ਹਿਸਾਬ ਦੇ ਨਾਲ ਆਯੁਰਵੇਦਾ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹ ਤਜਾਬ ਤੋਂ ਛੁਟਕਾਰਾ ਪਾ ਸਕਣ ਦੇਖੋ ਇੱਕ ਵੱਡਾ ਕਾਰਨ ਤਜਾਬ ਦਾ ਨਾ ਇੱਕ ਮੈਂ ਉਹ ਰਹਿ ਗਿਆ ਉਹ ਵੀ ਐਕਸਪਲੇਨ ਕਰ ਲੈਣੇ ਆ ਥੋੜਾ ਜਿਹਾ ਉਹ ਹੈਗਾ ਅਸੀਂ ਥੋੜਾ ਜਿਹਾ ਦਰਦ ਹੋਇਆ ਸੀ ਜਦਿ ਪੇਨ ਕਿਲਰ ਲਿਆ ਕੋਈ ਕਿਸੇ ਵੀ ਤਰ੍ਹਾਂ ਦੀ ਮੜੀ ਕੋਈ ਕੋਲਡ ਹੋਇਆ ਤਾਂ ਅਸੀਂ ਜਦਿ ਕੋਈ ਐਂਟੀ ਅਲਰਜਿਕ ਦਵਾਈ ਲੈ ਲੈਣੀ ਆ ਗੋਲੀ ਸਾਡੇ ਕੋਲ ਹੀ ਹੁੰਦੀ ਆ ਇਹ ਬਾਦੂ ਦੀਆਂ ਦਵਾਈਆਂ ਖਾਣ ਨਾਲ ਵੀ ਜਿਹੜਾ ਐਸਿਡ ਬਣ ਸਕਦਾ ਇਹ ਧਿਆਨ ਰੱਖੋ ਵੀ ਅਸੀਂ ਬੇਲੂੜੀਆਂ ਦਵਾਈਆਂ ਨਾ ਖਾਈਏ ਜੀ ਦਰਦ ਜਿਹੜਾ ਪੇਨ ਕਿਲਰ ਦਵਾਈਆਂ ਨੇ ਉਹਨਾਂ ਨੂੰ ਵਰਤਣ ਦੀ ਬਹੁਤ ਘੱਟ ਲੋੜ ਹੁੰਦੀ ਆ ਔਰ ਫਿਰ ਉਹ ਜ਼ਰੂਰਤ ਵੇਲੇ ਕਈ ਵਾਰ ਕੰਮ ਵੀ ਨਹੀਂ ਆਉਂਦੀ ਜਦੋਂ ਅਸੀਂ ਇੰਨੀਆਂ ਵਰਤਤੀਆਂ ਸ਼ੁਰੂ ਕਰ ਦਨੇ ਆ ਤੇ ਉਹ ਜਦੋਂ ਜ਼ਰੂਰਤ ਹੁੰਦੀ ਹੈ ਔਰ ਉਹ ਫੇ ਪੇਨ ਕਲਰ ਕੰਮ ਨਹੀਂ ਕਰਦਾ ਜੀ ਸਾਡੀ ਹੈਬਟ ਬਣ ਜਾਂਦੀ ਆਦਤ ਬਣ ਜਾਂਦੀ ਹੈ ਇਸ ਕਰਕੇ ਜਿੰਨਾ ਵੀ ਬਚਾ ਜਾਵੇ ਐਲੋਪੈਥੀ ਤੋਂ ਤੇ ਆਯੁਰਵੇਦ ਵੱਲ ਨੂੰ ਸਾਨੂੰ ਮੁੜਨਾ ਪੈਣਾ ਕਿਉਂਕਿ ਆਯੁਰਵੇਦ ਦਵਾਈਆਂ ਮਤਲਬ ਬਿਮਾਰੀਆਂ ਦਾ ਇਲਾਜ ਕਰਦਾ ਐਲੋਪੈਥੀ ਮੈਂ ਨਹੀਂ ਕਹ ਰਿਹਾ ਵੀ ਤੁਸੀਂ ਐਲੋਪੈਥੀ ਨਾਂ ਵਰਤੋ ਕਿਤੇ ਲੋੜ ਹੈਗੀ ਐ ਐਲੋਪੈਥੀ ਦੀ ਵੀ ਹੁੰਦੀ ਆ ਤੇ ਉਹ ਹੈਗੀ ਆ ਰੀਲੀਫ ਦੇਣ ਵਾਸਤੇ ਇੱਕਦਮ ਤਰੰਤ ਤੁਸੀਂ ਕੀ ਕਰ ਸਕਦੇ ਹੋ ਉਹ ਐਲੋਪੈਥਿਕ ਕੀਤਾ ਜਾ ਸਕਦਾ ਜੋ ਇੱਕਦਮ ਕਰਨ ਵਾਲੀ ਗੱਲ ਹੈ ਜੋ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਨ ਦੀ ਗੱਲ ਆ ਉੱਥੇ ਫਿਰ ਆਯੁਰਵੇਦ ਦੀ ਲੋੜ ਪੈਣੀ ਆ ਅਸੀਂ ਦੂਰ ਹੋਣਾ ਆਯੁਰਵੇਦ ਤੋਂ ਉਹ ਵੀ ਇੱਕ ਬਿਮਾਰੀਆਂ ਦਾ ਇੱਕ ਅਸੀਂ ਸਦਾ ਦਰਤਾ ਬਿਮਾਰੀਆਂ ਨੂੰ ਤੇ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵਧੀਆਂ ਨੇ ਬਹੁਤ ਸਾਰਾ ਕੈਂਸਰ ਵੀ ਜਿਹੜਾ ਇਹ ਵੀ ਕਾਰਨ ਹੈਗਾ ਵੀ ਅਸੀਂ ਆਯੁਰਵੇਦ ਤੋਂ ਦੂਰ ਹੋ ਕੇ ਆਯੁਰਵੇਦ ਚ ਇੱਕ ਇਹ ਇਥੇ ਇਸ ਤਰ੍ਹਾਂ ਨਹੀਂ ਹੈਗਾ ਵੀ ਤੁਸੀਂ ਜਿਵੇਂ ਜਦੋਂ ਬਿਮਾਰੀ ਹੋਵੇ ਤਾਂ ਤੁਸੀਂ ਦਵਾਈ ਲਓ ਇਲਾਜ ਲੈ ਲਓ ਆਯੁਰਵੇਦਿਕ ਐਸੀ ਪੈਥੀਆ ਇੱਕੋ ਇੱਕ ਪੈਥੀਆ ਹੈ ਇਹ ਦੁਨੀਆ ਦੀ ਜਿਹੜੀ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਜਾ ਸਕਦਾ ਇਹ ਵੀ ਦੱਸਦੀ ਆ ਨਾਲ ਜੀ ਆਯੁਰਵੇਦ ਨੂੰ ਵਰਤਦਾ ਕੇ ਬੰਦਾ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਜਿਵੇਂ ਮੈਂ ਦੱਸਿਆ ਵੀ ਆਮਲਾ ਮੈਂ ਦੱਸਿਆ ਸੀ ਦੋ ਹੋਰ ਚੀਜ਼ਾਂ ਮੈਂ ਦੱਸਦਾ ਇੱਕ ਤਿਰਫਲਾ ਚੂਰਨ ਹੁੰਦਾ ਉਹਦੇ ਚ ਤਿੰਨ ਫਲ ਹੁੰਦੇ ਆ ਹਰੜ ਬਿਹੜਾ ਆਮਲਾ ਤਿੰਨ ਚੀਜ਼ਾਂ ਨੇ ਤਿੰਨ ਚੀਜ਼ਾਂ ਨੂੰ ਜੇ ਮਤਲਬ ਉਹ ਤਾਂ ਅਲੱਗ-ਅਲੱਗ ਤਰੀਕਿਆਂ ਨਾਲ ਬਿਮਾਰੀਆਂ ਦੇ ਹਿਸਾਬ ਨਾਲ ਇਹ ਬਣਾਇਆ ਜਾ ਸਕਦਾ ਇਹਦੀ ਮਿਕਦਾਦ ਇੱਧਰ-ਉੱਧਰ ਕਰਕੇ ਵੈਸੇ ਇਹਨੂੰ ਬਰਾਬਰ ਮਾਤਰਾ ਚ ਪਾ ਕੇ ਹੀ ਵਰਤਿਆ ਜਾਂਦਾ ਜੀ ਤੇ ਉਹ ਤੁਸੀਂ ਇਹਦੀ ਹਰ ਬੰਦਾ ਜੇ ਜ਼ਿੰਦਗੀ ਚ ਸਾਰੀ ਜ਼ਿੰਦਗੀ ਖਾਈ ਜਾਵੇ ਇਹਨੂੰ ਹੂੰ ਅੱਧਾ ਚਮਚ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਪੌਣਾ ਇੱਕ ਚਮਚ ਲੈ ਲਓ ਤੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹਨਾਂ ਤੋਂ ਬਚਿਆ ਜਾ ਸਕਦਾ। ਬਲਕਿ ਜਿਵੇਂ ਸਾਡੀ ਅੱਖਾਂ ਦੀਆਂ ਸਮੱਸਿਆਵਾਂ, ਬਾਲਾਂ ਦੀ ਸਮੱਸਿਆ ਵੀ ਹੋਰ ਬਹੁਤ ਚੀਜ਼ਾਂ ਜਿਨ੍ਹਾਂ ਤੋਂ ਬਚਿਆ ਜਾ ਸਕਦਾ। ਇਹ ਜਿਹੜਾ ਤ੍ਰਿਫਲਾ ਚੂਰਨਾ ਉਹ ਹੌਲੀ-ਹੌਲੀ ਇੱਕ ਆਦਤ ਬਣਾ ਲਈਏ ਜੇ ਅਸੀਂ। ਜੇ ਬਣ ਗਈ ਤਾਂ ਸਮਝ ਲਓ ਫਿਰ ਜ਼ਿੰਦਗੀ ਬਚ ਗਈ ਤੁਹਾਡੀ। ਮਾਰੀਆਂ ਤੋਂ ਬਚ ਸਕਦੇ ਹਾਂ ਤੁਸੀਂ ਤੇ ਡਾਕਟਰ ਸਾਹਿਬ ਇੱਕ ਆਪਾਂ ਦੇਖਦੇ ਹਾਂ ਵੀ ਜਿਨ੍ਹਾਂ ਦੇ ਤਜਾਬ ਬਣਨ ਲੱਗ ਜਾਂਦਾ ਹੈ ਬਹੁਤ ਦੂਰ ਦੂਰ ਦਾ ਜਾ ਕੇ ਹਰੇਕ ਡਾਕਟਰ ਤੋਂ ਕਿਸੇ ਦੇਸੀ ਹਕੀਮ ਵੈਦ ਵਗੈਰਾ ਤੋਂ ਵੀ ਦਵਾਈਆਂ ਲੈਂਦੇ ਨੇ ਤੇ ਉਹਨਾਂ ਦਾ ਤਜਾਬ ਨਹੀਂ ਠੀਕ ਹੁੰਦਾ ਉਹ ਥੱਕ ਹਾਰ ਕੇ ਬੈਹ ਜੁੰਦੇ ਨੇ ਤੇ ਉਹ ਸੋਚਣ ਲੱਗ ਜਾਂਦੇ ਹਨ ਵੀ ਤਜਾਬ ਦਾ ਤਾਂ ਜਾਂ ਐਸਿਡ ਦਾ ਕੋਈ ਇਲਾਜ ਹੀ ਨਹੀਂ ਹੈ ਕਿ ਆਯੁਰਵੇਦਾ ਪੱਕੇ ਤੌਰ ਤੇ ਹੀ ਤਜਾਬ ਠੀਕ ਕਰ ਦਿੰਦਾ ਬਿਲਕੁਲ ਬਿਲਕੁਲ ਮੈਂ ਇੱਕ ਐਸਰਾ 100% ਕਹਿ ਸਕਦਾ ਵੀ ਆਯੁਰਵੇਦ ਦੇ ਆਯੁਰਵੇਦ ਚ ਮੇਰੇ ਕੋਲੇ ਮੈਂ ਜਿੰਨੀ ਕਿ ਮੈਂ ਪ੍ਰੈਕਟਿਸ ਕੀਤੀ ਹੈ ਮੇਰੀ ਪ੍ਰੈਕਟਿਸ 25 ਸਾਲ ਦੀ ਹੈਗੀ ਹੈ ਲਗਭਗ ਜੀ ਤੇ ਮੈਂ ਜਿੰਨੇ ਕਿ ਮੇਰੇ ਕੋਲ ਕੇਸ ਆਏ ਨੇ ਉਹ ਠੀਕ ਹੋਏ ਨੇ ਮੈਨ ਮੈ ਤਾਂ ਨਹੀਂ ਲੱਗਦਾ ਵੀ ਕਦੇ ਕੋਈ ਕੇਸ ਇਸ ਤਰ੍ਹਾਂ ਦਾ ਲਟਕ ਗਿਆ ਹੋਵੇ ਨਾ ਠੀਕ ਹੋਇਆ ਹੋਵੇ ਜੀ ਤੇ ਜਿਹਨੇ ਇਲਾਜ ਕਰਵਾਇਆ ਉਹ ਠੀਕ ਹੋਏ ਨੇ ਪਰ ਇਹਦੇ ਮੈਂ ਫਿਰ ਕਹਿਣਾ ਚਾਹੁੰਦਾ ਵੀ ਜਦੋਂ ਇਹ ਜ਼ਿਆਦਾ ਸਮੱਸਿਆ ਵੱਡੀ ਹੁੰਦੀ ਹੈ ਫਿਰ ਇਹਦੇ ਚ ਇਲਾਜ ਦੀ ਲੋੜ ਪੈਂਦੀ ਆ ਫਿਰ ਇਹ ਚ ਮਤਲਬ ਛੋਟੀਆਂ-ਮੋਟੀਆਂ ਚੀਜ਼ਾਂ ਨਾਲ ਨਹੀਂ ਗੱਲ ਬਣਨੀ ਜਿਵੇਂ ਆਪਾਂ ਇੱਕ ਤਰਫ ਲਾਚੂਰਨ ਆ ਜਾਂ ਹੋਰ ਘਰੇਲੂ ਚੀਜ਼ਾਂ ਦੀ ਫੇਰ ਘਰੇਲੂ ਚੀਜ਼ਾਂ ਦੀ ਫੇਰ ਨਹੀਂ ਉਹ ਤਾਂ ਉੱਪਰ ਲੰਘ ਜਾਂਦੀ ਹੈ ਗੱਲ ਹਾਂ ਫਿਰ ਉਹ ਉੱਥੇ ਸਾਨੂੰ ਦਵਾਈ ਦੀ ਲੋੜ ਪੈਂਦੀ ਆ ਉੱਥੇ ਦੇਖਿਆ ਜਾਂਦਾ ਅਸੀਂ ਮਰੀਜ਼ ਦੇ ਹਿਸਾਬ ਨਾਲ ਮਰੀਜ਼ ਦੀ ਸਰੀਰ ਦੀ ਪ੍ਰਕਿਰਤੀ ਦੇ ਹਿਸਾਬ ਨਾਲ ਅਸੀਂ ਨਬਜ਼ ਦੇਖ ਕੇ ਦਵਾਈ ਦੰਦੇ ਆ ਜੀ ਤੇ ਉਹ ਠੀਕ ਹੁੰਦੇ ਆ ਬਿਲਕੁਲ ਹੋ ਜਾਂਦਾ ਬਿਲਕੁਲ ਹੁੰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਤਨਵਾਦਾ ਸ਼ੁਕਰੀਆ ਬਹੁਤ ਏ ਹਨ ਡਾਕਟਰ ਜਗਤਾਰ ਸੇਖਾ ਜੀ ਜਿਨ੍ਹਾਂ ਨੇ ਤਜਾਬ ਦੇ ਬਾਰੇ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰੇ ਨੇ ਇਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੇ ਕਿਸੇ ਵੀਰ ਨੇ ਇਹਨਾਂ ਨਾਲ ਸੰਪਰਕ ਕਰਨ ਹੋਵੇ ਤਾਂ ਕਰ ਸਕਦਾ ਹੈ ਇਹਨਾਂ ਨੇ ਇਹ ਵੀ ਦੱਸਿਆ ਵੀ ਆਯੁਰਵੇਦਾ ਦੇ ਵਿੱਚ ਜੋ ਐਸਿਡ ਹੈ ਤਜਾਬ ਹੈ ਉਸ ਦਾ ਪੱਕੇ ਤੌਰ ਤੇ ਇਲਾਜ ਹੈ ਜੇ ਤਾਂ ਤੁਹਾਡੇ ਸਟਾਰਟਿੰਗ ਹੀ ਹੋਈ ਹੈ ਤਾਂ ਤੁਸੀਂ ਘਰੇਲੂ ਜੋ ਇਹਨਾਂ ਨੇ ਚੀਜ਼ਾਂ ਦੱਸੀਆਂ ਨੇ ਉਹ ਵਰਤ ਸਕਦੇ ਹੋ ਉਹਨਾਂ ਦੇ ਨਾਲ ਠੀਕ ਹੋ ਸਕਦਾ ਹੈ ਪਰ ਜਦੋਂ ਇਹ ਬਿਮਾਰੀ ਬਣ ਜਾਂਦੀ ਹੈ ਇੱਕ ਪੱਕੇ ਤੌਰ ਤੇ ਤਾਂ ਉਹ ਫਿਰ ਘਰੇਲੂ ਵਰਤੋ ਵਾਲੀਆਂ ਚੀਜ਼ਾਂ ਨਾਲ ਠੀਕ ਨਹੀਂ ਹੁੰਦੀ ਉਹ ਇੱਕ ਪ੍ਰੋਪਰ ਦਵਾਈ ਲੈਣੀ ਪੈਂਦੀ ਹੈ ਤੁਸੀਂ ਇੱਕ ਵਾਰ ਇਹਨਾਂ ਨੂੰ ਕਾਲ ਕਰਕੇ ਜੇ ਤੁਹਾਨੂੰ ਪ੍ਰੋਬਲਮ ਹੈ ਤੁਹਾਡੇ ਕਿਸੇ ਆਣਗਵਾਂਡ ਚ ਕਿਸੇ ਨੂੰ ਪ੍ਰੋਬਲਮ ਹੈ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਪ੍ਰੋਬਲਮ ਹੈ ਕਿਉਂਕਿ ਇੱਕ ਆਮ ਸਮੱਸਿਆ ਬਣਦੀ ਜਾ ਰਹੀ ਹੈ ਹੁਣ ਦੇ ਖਾਣ ਪੀਣ ਦੇ ਤੌਰ ਤੇ ਜਾਂ ਰਹਿਣਾ ਸਹਿਣਾ ਦੇ ਤੌਰ ਤੇ ਦੇਖ ਲਈ ਆਪਾਂ ਕਿਉਂਕਿ ਭੱਜ ਤੋੜ ਬਹੁਤ ਜ਼ਿਆਦਾ ਹੈ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਲੋਕ ਕਈ ਜੀ ਰਹੇ ਨੇ ਉਹਨਾਂ ਦੇ ਇਹ ਜ਼ਿਆਦੇ ਸਮੱਸਿਆ ਆਮ ਇੱਕ ਸਮੱਸਿਆ ਆਪਾਂ ਕਹਿ ਸਕਦੇ ਹਾਂ ਇਹਨੂੰ ਕਿਤਨਾ ਕਿਤੇ ਆਪਾਂ ਜੋ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਵੀ ਆਪਾਂ ਹਰੇਕ ਬਿਮਾਰੀ ਤੇ ਜਾਹੇ ਆਪਣਾ ਸਿਰਦਰਦ ਹੋਵੇ ਜਾਂ ਮਾੜਾ ਮੋਟਾ ਖੰਘ ਜਖਾਮ ਹੋਵੇ ਬੁਖਾਰ ਹੋਵੇ ਆਪਾਂ ਬਿਨਾ ਪੁੱਛੇ ਕਿਸੇ ਤੋਂ ਗੋਲੀ ਵਗੈਰਾ ਆਪਣੇ ਘਰਾਂ ਦੇ ਵਿੱਚ ਆਪ ਪਈਆਂ ਰਹਿੰਦੀਆਂ ਨੇ ਆਪਾਂ ਲੈ ਲੈਂਦੇ ਆ ਕਿਤੇ ਨਾ ਕਿਤੇ ਉਹ ਵੀ ਵੱਡਾ ਕਾਰਨ ਹੈ ਇੱਕ ਇਤਜਾਬ ਬਣਦਾ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਕੋਈ ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਅਸੀਂ ਉਹਦੇ ਤੇ ਵੀ ਇੱਕ ਪ੍ਰੋਪਰ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਡਾਕਟਰ ਸਾਹਿਬ ਤੋਂ ਰੈ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਕੋਈ ਆਯੁਰਵੈਦਿਕ ਸੰਬੰਧਿਤ ਕੋਈ ਵੀ ਰੈ ਲੈਣੀ ਚਾਹੁੰਦੇ ਹੋ ਮੈਂ ਤਾਂ ਡਾਕਟਰ ਸਾਹਿ ਕਰ ਸਕਦੇ ਹਾਂ ਅਸੀਂ ਸੰਡੇ ਵਾਲੇ ਦਿਨ ਵੀਡੀਓ ਆਯੁਰਵੇਦਾ ਤੇ ਇੱਕ ਪ੍ਰੋਪਰ ਵੀਡੀਓ ਪੋਸਟ ਕਰਿਆ ਕਰਾਂਗੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਤੁਹਾਨੂੰ ਸੰਡੇ ਵਾਲੇ ਦਿਨ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਹੈ ਆਯੁਰਵੇਦਾ ਦੇ ਸੰਬੰਧਿਤ ਦੇ ਨਾਲ ਜਾਂ ਕੋਈ ਕਿਹੜੀ ਬਿਮਾਰੀ ਦੇ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਮਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਪੂਰੀ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਬ੍ਰਿੰਦਰ ਪੁੱਲਰ ਸਹਿਯੋਗੀ ਰਾਜ ਲੱਡਾ ਦੇ ਨਾਲ ਤੁਸੀਂ ਦੇਖ ਰਹੇ ਹੋ ਸੰਜੀਅ ਆਵਾਜ਼